ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਅੱਜ ਲੈ ਕੇ ਚੱਲੇ ਹਾਂ ਟਰੈਕਟਰ ਨੂੰ, ਵਾਹ ਕੇ ਦੇਖਦੇ ਹਾਂ ਜੀ ਖੇਤ 'ਚ। 13 ਹਲ ਪਾਵਾਂਗੇ ਗੈਲ, ਅਤੇ ਹਰਿਆਲੀ ਜਗ੍ਹਾ ਪਈ ਆ ਖਾਲੀ, ਉੱਥੇ ਲੈ ਕੇ ਜਾਂਦੇ ਹਾਂ ਆਪਾਂ। ਕਰਦੇ ਹਾਂ ਚੈੱਕ ਵੀ ਕਿਵੇਂ ਚੱਲਦਾ, ਮਾਰਦਾ ਵਧੀਆ ਜ਼ੋਰ, ਵੀ ਕੋਈ ਕਮੀ ਪੇਸ਼ੀ ਤਾਂ ਨਹੀਂ। ਕਮੀ ਤਾਂ ਕੋਈ ਵੀ ਨਹੀਂ ਹੋਣੀ, ਝੋਟਾ ਹੀ ਆ, ਵਾਧੂ ਜ਼ੋਰ ਆ। ਬਾਕੀ ਮੋੜ ਸਾਰੇ ਮੋੜਾਂ 'ਚ ਲਾ ਕੇ ਦੇਖਾਂਗੇ ਕਿ ਕਿਹੜੇ ਗੇਅਰ 'ਚ ਕਿਵੇਂ ਚੱਲਦਾ, ਵਧੀਆ ਚੱਲਦਾ। ਦਿਖਾਉਂਦੇ ਹਾਂ ਤੁਹਾਨੂੰ ਜਾ ਕੇ ਖੇਤ 'ਚ, ਲੈ ਕੇ ਜਾਂਦੇ ਹਾਂ ਹੁਣ ਸਟਾਰਟ ਕਰਕੇ ਘਰੋਂ, ਹਲ ਪਾ ਕੇ ਸਾਰਾ ਦਿਖਾਉਂਦੇ ਹਾਂ ਤੁਹਾਨੂੰ। ਵੀਡੀਓ ਨਾਲ ਬਣੇ ਰਹੋ ਅਤੇ ਵੀਡੀਓ ਪੂਰੀ ਦੇਖਿਆ ਕਰੋ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਕੋਈ ਗੱਲਬਾਤ, ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਚੈਨਲ ਦਾ ਲਿੰਕ, ਸਬਸਕ੍ਰਾਈਬ ਕਰਾਓ ਅਤੇ ਵੀਡੀਓ ਪੂਰੀ ਦੇਖਿਓ। ਕੱਢ ਲਿਆ ਜੀ ਆਪਾਂ ਟਰੈਕਟਰ, ਲੈ ਕੇ ਜਾਂਦੇ ਹਾਂ ਹਲ ਖੜ੍ਹੇ ਨੇ ਸਾਹਮਣੇ, ਉਹ ਦੇਖੋ ਮਸ਼ੀਨ ਪਰੇ ਜਾਂਦੇ ਜੀ, 13 ਹਲ ਨੇ ਅੰਗਰ ਜਾਣਿਆਂ ਦੇ ਬਣੇ ਹੋਏ, ਲੈ ਕੇ ਜਾਂਦੇ ਹਾਂ ਪਾ ਕੇ। ਅਤੇ ਆ ਮਸ਼ੀਨ ਪਰੇ ਕਰਦੇ ਹਾਂ ਵੀਰਾ ਆ ਜਾਵੇ, ਫਿਰ ਦੇਖਦੇ ਹਾਂ ਕੀ ਕਹਿੰਦਾ ਝੋਟਾ, ਚਲਾ ਕੇ ਦੇਖਦੇ ਹਾਂ। ਅਤੇ ਵੀਡੀਓ ਸਾਰੀ ਦੇਖਿਓ ਅਤੇ ਵੀਡੀਓ ਨਾਲ ਬਣੇ ਰਹੇ, ਤੁਹਾਨੂੰ ਸਾਰਾ ਦਿਖਾਵਾਂਗੇ ਵੀ ਕਿੰਨਾ ਕੁ ਜ਼ੋਰ ਮਾਰਦਾ, ਕਿੰਨੇ ਕੁ ਹਲ ਖਿੱਚਦਾ ਲਾਏ, ਅਤੇ ਸਾਰੀ ਗੱਲਬਾਤ ਕਰਦੇ ਹਾਂ ਵੀਡੀਓ 'ਚ। ਬਣੇ ਰਹੋ, ਹਲ ਪਾ ਲਈਏ, ਪਾ ਲਈ ਜੀ ਹਲ 13 ਦੇ। ਜਾਂਦੇ ਹਾਂ ਲੈ ਕੇ ਖੇਤ 'ਚ, ਹਰਿਆਲੇ 'ਚ ਹਰਾ ਬੀਜਣਾ ਉੱਥੇ। ਆਹ ਦੇਖੋ ਸੰਗਰੀ ਵਾਲਿਆਂ ਦੇ ਹਲ ਨੇ 13 ਪਾ ਲਏ, ਦੇਖਦੇ ਹਾਂ ਝੋਟੇ ਦਾ ਜ਼ੋਰ ਅੱਜ। ਆਹ ਟਰੈਕਟਰ ਮਗਰ ਰੂਟਾਵੀਟਰ ਪਾਇਆ ਹੋਇਆ, 13 ਪਹਿਲਾਂ ਰੂਟਾਵੀਟਰ ਮਾਰ ਦਾਂਗੇ ਉੱਥੇ, ਥੋੜ੍ਹਾ ਜਿਹਾ ਕੱਖ ਗੰਡਾ ਜਿਹਾ ਖੜ੍ਹਾ ਹੈ, 13 ਰੂਟਾਵੀਟਰ ਮਾਰ ਕੇ ਫਿਰ ਹਲਾਂ 'ਤੇ ਚੈੱਕ ਕਰਦੇ ਹਾਂ ਅੱਜ ਇਹਨੂੰ। ਬਸ ਜਾਂਦੇ ਹਾਂ ਲੈ ਕੇ ਚੱਲਦੇ ਹਾਂ, ਹਲ ਪਾ ਲਏ ਆਪਾਂ, ਲਿਆਏ ਤੀ ਆਪਾਂ ਖੇਤ 'ਚ, ਕਰ ਰਹੇ ਹਾਂ ਟੈਸਟਿੰਗ। ਪਿੱਲਾ ਵੀਰਾ ਬੈਠਾ ਕਰ ਰਿਹਾ ਚੈੱਕ ਟਰੈਕਟਰ ਨੂੰ, ਪੂਰਾ ਇੱਕ ਨੰਬਰ ਆ, ਪਹਿਲੇ ਹਾਈ 'ਚ ਚੱਲਦਾ 13 ਹਲਾਂ ਨੂੰ। ਹਲ ਵੀ ਬਹੁਤ ਭਾਰੀ ਨੇ ਸੰਗਰੀ ਵਾਲਿਆਂ ਦੇ, ਦੇਖੋ ਪੂਰਾ ਇੱਕ ਨੰਬਰ ਵਧੀਆ ਚੱਲਦਾ। ਅਤੇ ਦਰਸ਼ਕ ਵੀਰ ਆਏ ਸੀ ਦੇਖਣ, ਅਤੇ ਰਿੰਕੂ ਨੂੰ ਲਾਇਆ ਸੀ ਰੂਟਾਵੀਟਰ ਮਾਰਨ। ਆਹ ਦੀ ਇਹ 'ਚ ਥੋੜ੍ਹਾ ਜਿਹਾ ਕੱਖ ਗੰਡਾ ਜਿਹਾ ਸੀ ਵੀ ਹਲਾਂ 'ਚ ਫਸ ਜਾਂਦਾ, ਉਹਦੇ ਕਰਕੇ ਜਾਮ ਹੋ ਜਾਂਦਾ, ਰਿੰਕੂ ਰੂਟਾਵੀਟਰ ਮਾਰਦਾ ਸੀ। ਪਰੇ ਕਰਦੇ ਪਰੇ ਆਉਂਦਾ ਜੀ ਵੱਡੀ, ਪੂਰਾ ਇੱਕ ਨੰਬਰ ਚੱਲ ਰਿਹਾ ਟਰੈਕਟਰ। ਬਾਕੀ ਤੁਸੀਂ ਦੇਖ ਕੇ ਵੀਡੀਓ 'ਚ ਕਮੈਂਟ ਕਰਕੇ ਦੱਸੋ ਵੀ ਕਿਵੇਂ ਲੱਗਿਆ। ਇਹ ਪਾਵਰ ਮੋਡ 'ਚ ਚੱਲਦਾ, CRTI 969 FE, ਪਹਿਲੇ ਹਾਈ 'ਚ ਆ ਵੀਰੇ। ਬਾਕੀ ਮੈਂ ਵੀ ਦੇਖਿਆ ਚਲਾ ਕੇ, ਵਧੀਆ ਚੱਲ ਰਿਹਾ ਇੱਕ ਨੰਬਰ ਪੂਰਾ, ਅਤੇ ਲਵਲੀ ਨੇ ਵੀ ਚਲਾਇਆ ਸੀ, ਵਧੀਆ ਚੱਲਦਾ। ਆਹ ਗੂੜਾ ਫਸ ਜਾਂਦਾ ਇਹਦੇ ਕਰਕੇ, ਰੇਸ ਸਰੀ ਲਾਈ ਹੋਈ ਆ, ਕਰਦੇ ਹਾਂ ਚੈੱਕ। ਅਤੇ ਅਸਲੀ ਚੈੱਕ ਤਾਂ ਜੀਰੀ ਵੱਢੇ ਦੇ ਹੋਣਾ ਜਾਂ ਖੇਤ ਖਾਲੀ ਹੋ ਕੇ ਆਲੂ ਵਾਲੀ ਜ਼ਮੀਨ ਤਿਆਰ ਕਰਾਂਗੇ, ਜਦ ਫਿਰ ਚੰਗੀ ਤਰ੍ਹਾਂ ਚੈੱਕ ਹੋਣਾ। ਇੱਧਰ ਖੜਾਤਾ ਆਹ ਦੂਆ ਟਰੈਕਟਰ, ਰਿੰਕੂ ਖੜਾ, ਉੱਪਰ ਚੜ ਕੇ ਦਿਖਾਉਂਦੇ ਹਾਂ ਵੀ ਰੇਸ ਤਾਂ ਫੁੱਲੇ ਕਰੀ ਹੋਈ ਆ, ਅਤੇ ਬਾਕੀ ਮੋੜ 'ਚ ਦੇਖਦੇ ਹਾਂ। ਵੀਰਾ ਕਹਿੰਦਾ ਫੁੱਲ ਵਧੀਆ ਚੱਲਦਾ, ਤੀਜੇ ਮੋੜ 'ਚ ਚੱਲਦਾ ਜੀ, ਰੇਸ ਫੁੱਲ ਆ, ਹੁਣ ਥੋੜ੍ਹੀ ਜਿਹੀ ਘਟਾਈ ਆ, ਰੇਸ ਫੁੱਲ ਨਹੀਂ
ਕੱਠ ਬਦਲ ਕਰਕੇ ਕੂੜਾ ਅੜ ਜਾਂਦਾ, ਖੇਤ ਸਾਫ ਨਹੀਂ ਤਾਂ ਹੀ ਰੂਟਾਵੀਟਰ ਲੈ ਕੇ ਆਈ ਆਪਾਂ। ਬਾਕੀ ਚਲੋ ਚੱਕੇ ਕਰਨਾ ਤੇ ਚੱਲਦਾ ਤਾਂ ਵਧੀਆ, ਪੂਰਾ ਐਨ ਝੋਟਾ ਪੂਰਾ ਐਨ। ਟੂ ਵੀਲ ਚ ਲਾ ਕੇ ਦੇਖੀ, ਟੂ ਵੀਲ ਚ ਆਹ ਉੱਪਰ ਨੂੰ ਖਿੱਚਦੇ ਬੰਦੇ ਫਰਕ ਪਊਗਾ ਦਬਣ ਤੋਂ ਬਣ ਕੋਈ ਫਰਕ ਕੋਈ ਫਰਕ ਨਹੀਂ ਜੀ। ਟੂ ਵੀਲ ਤੇ ਫੋਰ ਵੀਲ ਦਾ, ਟੂ ਵੀਲ ਚ ਵੀ ਉੱਦਾਂ ਹੀ ਚੱਲਦਾ ਏ। ਬਾਕੀ ਹੋਰ ਜਾਣਕਾਰੀ ਦਿੰਦੇ ਹਾਂ, ਰੁਕੇ ਤੇ ਤੁਹਾਨੂੰ ਦੱਸਦੇ ਹਾਂ ਵੀ ਕਿਹੜੇ ਗੇਅਰ 'ਚ ਸਹੀ ਚੱਲੂਗਾ। ਉੱਤੇ ਨੂੰ ਚੱਕ ਮੇਰੇ ਮੜਾ ਕਲਾਚੇ ਹੱਟ ਕੇ ਫੋਰ ਵੀਲ 'ਚ ਦੀ ਫਿਰ ਟੂ ਵੀਲ 'ਚ ਆਉਣਾ। ਲੈ ਰਿਹਾ ਟਰਾਈ ਵੀ ਕਿਵੇਂ ਚੱਲਦਾ ਏ, ਹੀਰੇ ਹੁਣੀ ਖੜੇ ਨੇ ਸਾਰੀ ਦੇਖੋ ਜੀ ਚੱਲਦਾ ਝੋਟਾ ਏ, ਕਹਿੰਦੇ ਪੰਜਾਬ ਦਾ ਪੁੱਤਾ ਪੂਰਾ ਸਿਰਾ ਇੰਨਾ ਜ਼ੋਰ ਆ ਜੀ ਪੂਰਾ, ਕੋਈ ਪਰਵਾਹ ਨਹੀਂ ਟਰੈਕਟਰ ਨੂੰ ਹਲਾਂ ਦੀ। ਇਹਦੇ ਮਗਰ ਚਾਹੀਦੇ ਨੇ 15 ਹਲ, ਘੱਟ ਤੋਂ ਘੱਟ 11-12 ਦੀਆਂ ਤਵੀਆਂ ਚਾਹੀਦੀਆਂ ਨੇ, 10 ਫੁੱਟ ਰੂਟਾਵੀਟਰ ਚਾਹੀਦਾ, ਫਿਰ ਕਿਤੇ ਜਾ ਕੇ ਇਹਦੇ ਨਾਲ ਤਾਲਮੇਲ ਹੋਊਗਾ ਮਸ਼ੀਨਰੀ ਦਾ। ਜਿਹੜਾ ਆਪਾਂ ਹਲ ਹੁਲ ਪਾਉਣੇ ਨੇ ਇਹਨਾਂ ਨੂੰ ਤਾਂ ਕੁਛ ਨਹੀਂ ਸਮਝਦਾ, ਪੂਰਾ ਵਧੀਆ ਚੱਲਦਾ। ਪਹਿਲੇ ਹਾਈ ਜੀ ਵੀ ਚੱਲਦਾ ਵਧੀਆ, ਅਤੇ ਚੌਥਾ ਮੀਡੀਅਮ ਹੋ ਗਿਆ, ਤੀਜਾ ਮੀਡੀਅਮ ਤਾਂ ਜਮਾਂ ਹੀ ਯਾਦ ਚੇਤੇ ਨਾ ਚੌਥੇ ਮੀਡੀਅਮ 'ਚ। ਪਹਿਲੇ 'ਚ 13 ਹਲਾਂ ਨੂੰ ਪੂਰਾ ਹੱਸ ਕੇ ਖਿੱਚਦਾ ਪੂਰਾ ਵਧੀਆ, 1 ਨੰਬਰ। ਜਿਹੜਾ ਦੂਜੇ ਨੰਬਰ 'ਤੇ ਮੋੜ ਆ ਉਹ 'ਚ ਰਿੰਕੂ ਬੈਠਾ ਲੈ ਰਿਹਾ ਟਰਾਈ, ਅਤੇ ਬਾਕੀ ਜੀਰੀ ਵੱਡੇ 'ਤੇ ਆਪਾਂ ਚੈੱਕ ਕਰਾਂਗੇ, ਸਮਾਰ ਕੇ ਪਲਾਓ ਪਲੂ ਫੇਰਾਂਗੇ ਆਲੂ ਵਾਲੀ ਜਗ੍ਹਾ 'ਚ। ਅਤੇ ਹੁਣ ਕੇਰਾਂ ਹੋਰ ਵਾਹ ਕੇ ਚੈੱਕ ਹੋ ਗਿਆ, ਰੀਲ ਰੂਲ ਬਣਾਉਂਦੇ ਹਾਂ, ਕੋਈ ਰੀਲ ਬਣਾ ਕੇ ਪਾਉਂਦੇ ਹਾਂ, ਅਤੇ ਫਿਰ ਉਰੇ ਬਾਜਰਾ ਫਿਰ ਬੀਜਦੇ ਹਾਂ। ਖੜ੍ਹਾ ਰੂਟਾਵੀਟਰ ਟਰੈਕਟਰ ਪਾਇਆ, ਟਰੈਕਟਰ ਗੈਲ ਰੂਟਾਵੀਟਰ ਪਾਇਆ ਖੜ੍ਹਾ ਏ। ਬਾਕੀ ਹੈਰੋਂ 'ਤੇ ਵੀ ਚੈੱਕ ਕਰਾਂਗੇ, ਹੈਰੋਂ ਨੇ ਆਪਣੇ ਕੋਲ 10 ਦੀਆਂ ਉਹ ਮਣੇ ਹੋਏ ਡਪੈਲ ਵਾਲਿਆਂ ਦੇ ਦੁੱਗਰੀਏ ਤੋਂ, ਉਹਨਾਂ ਨਾਲ ਚੈੱਕ ਕਰਾਂਗੇ। ਬਾਕੀ ਤੁਹਾਡੇ ਸਾਹਮਣੇ ਚੱਲਦਾ, ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਕਿਵੇਂ ਚੱਲਦਾ, ਕੀ ਗੱਲਬਾਤ ਆ ਸਾਰਾ। ਬਾਕੀ ਹੁਣ ਮੈਂ ਬਹਿਣਾ ਚਲਾਉਂਦਾ ਉੱਪਰ, ਦੇਖਦੇ ਹਾਂ ਹੋਰ ਜੋ ਕੇ ਰਿੰਕੂ ਬਾਈ ਫੇਰਦਾ ਰੂਟਾਵੀਟਰ, ਫੇਰ ਲਾਉਂਦੇ ਹਾਂ ਬਈ ਰਿੰਕੂ ਬਾਈ ਨੂੰ। ਆਪਾਂ ਬਹਿ ਗਏ ਜੀ ਉੱਪਰ, ਹੋਰ ਸਵਾਦ ਲੈ ਲਈਏ, ਚਲਾ ਲਈਏ, ਨਜ਼ਾਰਾ ਬਹੁਤ ਆਉਂਦਾ ਚਲਾਉਣ ਦਾ।
ਲੱਗਦਾ ਜਿਵੇਂ ਟੈਂਕਰ ਦੇ ਬੈਠੇ ਹੁੰਦੇ ਟਰੈਕਟਰ ਦੇ ਬਹਿ ਕੇ ਚੌਥੇ ਮੀਡੀਅਮ ਚਾਹ ज्यादा रेस नहीं पूरा है आराम ना चलता देखो ये 1500 चक्कर से चलता है दूजे मोड च आवरे मोड च चलता देखो बाकी तेल खर्चे की रेशो कट के आपको वह भी शेयर करांगे थोड़े नाल सारा ते बाकी होर ये भी जानकारी ਦਵਾਂਗੇ ਜਿੰਨੀ ਵੀ ਜਾਣਕਾਰੀ ਹੋਊਗੀ ਸਾਰੀ ਦਵਾਂਗੇ ਕਿ ਕਿਹੜੇ ਕਿਹੜੇ ਫਿਊਚਰ ਨੇ ਇੱਕ ਵੀਡੀਓ ਆਪਾਂ ਪਾ ਦਿੱਤੀ ਉਹਦਾ ਦੂਜਾ ਪਾਰਟ ਪਾਵਾਂਗੇ ਜਾਮ ਲੱਗ ਗਿਆ ਜੀ ਕਰ ਲਿਆ ਜੀ ਚੈੱਕ ਹੁਣ ਆਪਾਂ ਖੜਾ ਤਾ ਟਰੈਕਟਰ ਬਾਹਰ ਪਹੀ ਦੇ ਵਧੀਆ ਚੱਲਦਾ ਪੂਰਾ ਇੱਕ ਨੰਬਰ ਆ ਦੇਖ ਲਓ ਹਲ ਕਿੰਨੇ ਹੈਵੀ ਨੇ ਅੰਗਰੀ ਵਾਲਿਆਂ ਦੇ ਬਣੇ ਹੋਏ ਨੇ ਇਹਨਾਂ ਨੂੰ ਵੀ ਕੋਈ ਪਰਵਾਹ ਨਹੀਂ ਮੰਨਦਾ ਆਹ ਦੇਖ ਅੰਗਰੀਆਂ ਦੇ ਬਣੇ ਹੋਏ ਪੜ ਲਓ ਪੂਰੇ ਹੈਵੀ ਹਲ ਨੇ 13-13 ਦੇ ਨੇ ਕੋਈ ਪਰਵਾਹ ਨਹੀਂ ਮੰਨੀ ਟਰੈਕਟਰ ਨੇ ਆਹ ਹਲਾਂ ਨੂੰ ਵੀ 15 ਹਲ ਚਾਹੀਦੇ ਨੇ ਘੱਟੋ ਘੱਟ ਇਹਨੂੰ ਬਾਕੀ ਤੁਸੀਂ ਦੇਖਿਆ ਹੀ ਹੈ ਚੱਲਦਾ ਵੀਡੀਓ 'ਚ ਵੇਟ ਪਾਉਂਦੇ ਇਹਦੇ ਹੋਰ ਦੋ ਦੋ ਪਲੇਟਾਂ ਚਾਰ ਪਲੇਟਾਂ ਦੋ ਦੋ ਚਾਰ ਚਾਰ ਪਲੇਟਾਂ ਹੋਰ ਪਾ ਦਿੰਦੇ ਹਾਂ ਫਿਰ ਹੋਰ ਜੰਮ ਕੇ ਚੱਲੂਗਾ ਲਾਗੇ ਇਹਦੀ ਹਰਾ ਬੀਜਣਾ ਹੁਣ ਮੱਕੀ ਦੇ ਚਰੀ ਦਾ ਚਿੱਟਾ ਦਿੰਦਾ ਵੀਰਾ ਇੰਟਰਵਿਟਰ ਫੇਰ ਰਹੇ ਨੇ ਫਿਰ ਚੱਲਦੇ ਹਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਅਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ